लो जी आ हो गया साढ़े राइस रेडी, आ हो गया साडा हुण चिकन रेडी हो रहा जी। चिकन हुण पता नहीं भाई भाई हुण किवें दा बना रहा किवें दा नहीं, बाकी हुण देखदे खा के पता लगू। इहदे विच दूर जंगलां च जो मिल जाए स्वाद एवें जो मिल जाए स्वाद आ मम्मा, खाना पीना तो टेस्टी होना चाहिए ना। फिर इदां करना मनाली तो शेफ ले आना सी कोई, मनाली तो शेफ क्यों लेना आप, शेफ तो आप पंजाब चो लिया होना ही नहीं नहीं स्वाद ही बनूगा जी पटारी कढ रहे अपना होर समान जगाड़मेंट हुण की कढ रहे हो भाजी लाभ मेरे मुंह नहीं पता मेनू सारी सुरखी बिंदी ला के हो गया रेडी हूं सिर्फ ए घगरा पाउण दा बाकी घगरे दा लिफाफा कित्थे अपना बई छोड़ दो फिर इसको जब तक वो पकेगा तब तक उसकी जो इसका लहंगा है उसका तैयार करते हैं ठीक है। ਸਾਡਾ ਚਿਕਨ ਹੋ ਗਿਆ ਰੈਡੀ, ਹਜੇ ਤਾਂ ਚੈੱਕ ਕਰਦਾ ਮੈਂ ਚੀੜਾ ਹੈ ਜੀ, ਚੀੜਾ ਨਹੀਂ ਹੋਣਾ ਕੱਚਾ ਹੋਣਾ ਤੇ ਮੈਂ ਚੈੱਕ ਕਰਾਂ ਇੱਧਰ ਹੀ ਹੋਣਾ, ਇਹਨੂੰ ਫੜੇ ਇੱਕ ਪਾਸੋਂ ਫੜਨਾ ਚੰਗੀ ਤਰੀਕੇ ਨਾਲ ਫੜੇ ਨੂੰ ਪੱਕਦਾ ਜੋ ਕਿਆ ਬਈ ਹੈਂ ਪੱਕ ਗਿਆ ਪੱਕ ਗਿਆ ਪਾ ਦਈਏ ਚੌਲ ਪਾ ਦੇ 5 ਮਿੰਟ ਚੌਲ ਆਣਾ ਪੱਕ ਜੂ ਹਾਂ ਪਰ ਗੱਲ ਆ ਚੌਲ ਪਾ ਕੇ ਨਮਕ ਬਹੁਤ ਘੱਟ ਜਾਣਾ ਬਈ ਮੈਂ ਤਾਂ ਕਹਿੰਦਾ ਸੀ ਚੌਲਾਂ 'ਚ ਨਮਕ ਪਾ ਲਓ ਪਰ ਆਪਾਂ ਚਿਕਨ 'ਚ ਨਮਕ ਪਾਇਆ। ਲਓ ਜੀ ਬਾਈ ਜੀ ਸਾਡਾ ਖੱਟਾ ਚਿਕਨ ਰੈਡੀ ਹੋ ਗਿਆ, ਖੱਟਾ ਚਿਕਨ ਬਿਰਿਆਨੀ ਕਹਿ ਸਕਦੇ ਹੋ ਤੁਸੀਂ, ਤਾਂ ਦੇਖ ਸਕਦੇ ਹੋ ਜੀ ਇਹ ਸਾਡੀ ਬਿਰਿਆਨੀ ਰੈਡੀ ਹੋ ਚੁੱਕੀ ਆ ਅਤੇ ਹੁਣ ਤਿਆਰੀ ਆ ਜੀ ਇਹਨੂੰ ਖਾਣ ਦੀ। ਅਸੀਂ ਹੁਣ ਇੱਕੋ ਜਗ੍ਹਾ ਪਲੇਟ 'ਚ ਲਿਆ ਪਾ ਇਹਨੂੰ ਅਤੇ ਹੁਣ ਇਹਦੀਆਂ ਬੁਲਾਵਾਂਗੇ ਬੁੱਚੀਆਂ, ਕਿਉਂ ਬਾਈ ਆ ਜਾਓ। ਚਲੋ ਹੁਣ ਬਾਕੀ ਖਾ ਪੀ ਕੇ ਸਵੇਰੇ ਦੱਸਾਂਗੇ ਤੁਹਾਨੂੰ ਕਿਵੇਂ ਦਾ ਟੇਸਟ ਸੀ ਰਾਤੀ ਖੱਟੇ ਚਿਕਨ ਦਾ, ਠੀਕ ਹੈ ਜੀ ਵੜਜੀ ਟੈਂਟ 'ਚ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਜੀ ਅਤੇ ਸੋ ਹੁਣ ਆਪਾਂ ਆ ਗਏ ਆਪਣੇ 4x4 ਦੇ ਟੈਂਟ ਦੇ ਵਿੱਚ। ਹਾਂ ਆਹ ਦੇਖੋ ਸਾਡਾ ਮਿਸ਼ਨ ਕੰਪਲੀਟ ਹੋ ਗਿਆ, ਸਾਡਾ ਮਿਸ਼ਨ ਕੰਪਲੀਟ ਹੋ ਗਿਆ ਜੀ, ਖੱਟਾ ਚਿਕਨ ਰਾਈਸ। ਕਿਵੇਂ? ਬਹੁਤ ਵਧੀਆ, ਜ਼ਬਰਦਸਤ, ਮਜ਼ੇਦਾਰ, A1। ਬਾਕੀ ਤੁਸੀਂ ਖਾ ਕੇ ਦੇਖੋ। ਚਿਕਨ ਹੱਡੀ ਦਾ ਵੈ ਯਾਰ ਕੀ ਹੈ? ਨਹੀਂ ਨਹੀਂ ਇਹ ਵਿੰਗ ਹੈ। ਵਿੰਗ ਸਾਰਾ ਰਿਕਾਰਡ ਹੋ ਰਿਹਾ ਜੀ। ਕੋਈ ਗੱਲ ਹੀ ਫੇਕ ਹੋ ਗਿਆ ਹੁਣ ਤੂੰ ਲਿਆ। ਯੈਸ ਹੂੰ